ਕਰੋਣਾ ਚ ਲੱਗੀ ਬੋਲੀ ਆਈਪੀਐਲ ਚ ਖਰੀਦਿਆ ਗਿਆ 13 ਸਾਲਾ ਦਾ ਇਹ ਮੁੰਡਾ ਮੈਂ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾ ਸ਼ਖਾ ਸੰਧੀਰ ਆਈਪੀਐਲ ਮੇਗਾ ਨਿਲਾਮੀ ਦੀ ਗੱਲ ਕਰਦਿਆਂ ਜੋ ਕਿ 24 ਅਤੇ 25 ਨਵੰਬਰ ਨੂੰ ਜਦਾ ਸਾਊਥ ਅਰਬ ਦੇ ਵਿੱਚ ਹੋਈ ਹੈ ਨਿਲਾਮੀ ਭਾਰਤੀ ਖਿਡਾਰੀਆਂ ਦੇ ਲਈ ਸੱਚਮੁੱਚ ਮੇਗਾ ਸਾਬਿਤ ਹੋਈ ਹੈ ਕਿਉਂਕਿ ਚੋਟੀ ਦੇ ਪੰਜ ਸੱਤ ਤੋਂ ਮਹਿੰਗੇ ਖਿਡਾਰੀ ਭਾਰਤ ਦੇ ਹੀ ਰਹੇ ਨੇ ਨਿਲਾਮੀ ਦੇ ਇਤਿਹਾਸ ਦੇ ਵਿੱਚ ਅਜੇ ਹਾ ਪਹਿਲੀ ਵਾਰ ਹੋਇਆ ਪਹਿਲੀ ਵਾਰ ਦੋ ਖਿਡਾਰੀਆਂ ਦੀ ਬੋਲੀ 25 ਕਰੋੜ ਤੋਂ ਵੀ ਪਾਰ ਚਲੀ ਗਈ ਨਿਲਾਮੀ ਦੇ ਵਿੱਚ ਕੋਈ ਹੋਰ ਹੈਰਾਨੀਜਨਕ ਫੈਸਲਾ ਵੀ ਦੇਖਣ ਨੂੰ ਮਿਲੇ ਨੇ ਦਰਅਸਲ ਆਈਪੀਐਲ ਚੈਂਪियंस ਕਪਤਾਨ ਡੇਵਿਡ ਵਾਰਨਰ ਅਤੇ 파ਰਟੀ ਆਲਰਾਊਂਡਰ ਸ਼ੌਰਦਲ ਠਾਕੁਰ ਨੂੰ ਕਈ ਖਰੀਦਦਾਰੀ ਨਹੀਂ ਮਿਲਿਆ ਅਤੇ ਇੰਗਲਿਸ਼ ਆਲਰਾਊਂਡਰ ਸैम ਕੁਰਾਨ ਦੀ ਕੀਮਤ ਇਸ ਵਾਰ 16.10 ਕਰੋੜ ਰੁਪਏ ਦੀ ਵਿੱਚ ਕਮੀ ਆਈ ਜਦਕਿ 13 ਸਾਲ ਦੇ ਅਨਕੈਪਡ ਬਲੇਬਾਜ਼ ਵੈਭਵ ਸੂਰੇਵੰਸ਼ੀ ਆਈਪੀਐਲ ਦੇ ਵਿੱਚ ਕਰੋੜਪਤੀ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਨੇ ਔਰ ਉਸ ਦੀ ਹਰ ਕਿਥੇ ਵਾਵਾਹੀ ਹੋ ਰਹੀ ਹੈ ਹੁਣ ਤੁਸੀਂ ਪੁੱਛੋਗੇ ਕਿ ਆਖਿਰਕਾਰ ਅਨਕੈਪਡ ਕੀ ਹੁੰਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਨਿਲਾਮੀ ਦੇ ਵਿੱਚ ਅਨਕੈਪਡ ਖਿਡਾਰੀ ਵੀ ਕਰੋੜਪਤੀ ਬਣ ਗਏ ਨੇ 13 ਸਾਲ ਦਾ ਵੈਭਵ ਸੂਰੇਵੰਸ਼ੀ ਦਾ ਨਾਂ ਸਭ ਤੋਂ ਹੈਰਾਨ ਕਰ ਰਿਹਾ ਹੈ ਰਾਜਸਥਾਨ ਅਤੇ ਦਿੱਲੀ ਨੇ ਉਸ ਲਈ 30 ਲੱਖ ਰੁਪਏ ਦੀ ਬੇਸ ਕੀਮਤ ਤੇ ਬੋਲੀ ਲਗਾਈ ਸੀ ਆਖਰਕਾਰ ਰਾਜਸਥਾਨ ਨੇ ਉਸ ਨੂੰ 1.10 ਕਰੋੜ ਰੁਪਏ ਦੇ ਵਿੱਚ ਖਰੀਦ ਹੀ ਲਿਆ ਇਸ ਲਈ ਉਹ ਆਈਪੀਐਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਉਮਰ ਦਾ ਕਰੋੜਪਤੀ ਬਣ ਗਿਆ ਅਨਕੈਪਟ ਖਿਡਾਰੀ ਕੀ ਹੁੰਦਾ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਜੇਕਰ ਕਿਸੇ ਖਿਡਾਰੀ ਨੇ ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਅੰਤਰਰਾਸ਼ਟਰੀ ਮੈਚ ਦੇ ਵਿੱਚ ਹਿੱਸਾ ਨਾ ਲਿਆ ਹੋਵੇ ਜਾਂ ਫਿਰ ਬੀਸੀਸੀਆਈ ਦਾ ਕੇਂਦਰੀ ਸਮਝੌਤਾ ਉਸ ਦੇ ਨਾਲ ਨਾ ਹੋਇਆ ਹੋਵੇ ਹੁਣ ਗੱਲ ਕਰਦੇ ਹਾਂ ਇਸ 13 ਸਾਲਾ ਦੇ ਲੜਕੇ ਦੀ ਬਿਹਾਰ ਦੇ ਇਸ 13 ਸਾਲਾ ਦੇ ਵੈਭਵ ਸੂर्यਵੰਸ਼ੀ ਇੰਡੀਅਨ ਪ੍ਰੀਮੀਅਰ ਲੀਗ ਚ ਕਿਸੇ ਵੀ ਟੀਮ ਵੱਲੋਂ ਖਰੀਦੇ ਗਏ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਨੇ ਵੈਭਵ ਬਿਹਾਰ ਤੋਂ ਕਰੇਲੂ ਕ੍ਰਿਕਟਰ ਖੇਡਦੇ ਨੇ ਅਤੇ ਆਪਣੀ ਪਹਿਲੀ ਸ਼੍ਰੇਣੀ ਦੇ ਵਿੱਚ ਡੈਬਿਊ ਕਰਦੇ ਨੇ ਖਾਬੇ ਹੱਥ ਦੇ ਇਸ ਬਲੇਬਾਸ ਨੇ 2 ਮਹੀਨੇ ਪਹਿਲਾਂ ਆਸਟ੍ਰੇਲੀਆ ਅੰਡਰ 19 ਟੀਮ ਦੇ ਖਿਲਾਫ ਟੈਸਟ ਦੇ ਵਿੱਚ ਸੈਂਕੜਾ ਵੀ ਲਗਾਇਆ ਸੀ ਇਸ ਲਈ ਉਸ ਦਾ ਨਾਂ ਤੇਜ਼ੀ ਦੇ ਨਾਲ ਕਾਫੀ ਸੁਰਖੀਆਂ ਵਟੋ ਰਿਹਾ ਹੈ ਹੁਣ ਨਿਲਾਮੀ ਦੇ ਵਿੱਚ ਵੀ ਉਸ ਨੂੰ ਕਾਫੀ ਫਾਇਦਾ ਵੇਖਣ ਨੂੰ ਮਿਲਿਆ 13 ਸਾਲ ਦੇ ਵਿਭਵ ਨੂੰ ਕਰੋੜਾਂ ਦੇ ਵਿੱਚ ਖਰੀਦਣ ਦੀ ਇਸ ਖਬਰ ਦੇ ਉੱਤੇ ਤੁਹਾਡਾ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਰੋੜਾਂ ਚ ਲੱਗੀ ਬੋਲੀ ਆਈਪੀਐਲ ਚ ਖਰੀਦਿਆ ਗਿਆ 13 ਸਾਲਾ ਦਾ ਇਹ ਮੁੰਡਾ ਮਾਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾ ਸ਼ਿਖਾ ਸੰਧੀਰ IPL ਮੇਗਾ ਨਿਲਾਮੀ ਦੀ ਗੱਲ ਕਰਦਿਆਂ ਜੋ ਕਿ 24 ਅਤੇ 25 ਨਵੰਬਰ ਨੂੰ ਜਦਾ ਸਾਊਥ ਅਰਬ ਦੇ ਵਿੱਚ ਹੋਈ ਹੈ ਨਿਲਾਮੀ ਭਾਰਤੀ ਖਿਡਾਰੀਆਂ ਦੇ ਲਈ ਸੱਚਮੁੱਚ ਮੇਗਾ ਸਾਬਿਤ ਹੋਈ ਹੈ ਕਿਉਂਕਿ ਚੋਟੀ ਦੇ 5 ਸੱਤ ਤੋਂ ਮਹਿੰਗੇ ਖਿਡਾਰੀ ਭਾਰਤ ਦੇ ਹੀ ਰਹੇ ਨੇ ਨਿਲਾਮੀ ਦੇ ਇਤਿਹਾਸ ਦੇ ਵਿੱਚ ਅਜੇ ਹਾ ਪਹਿਲੀ ਵਾਰ ਹੋਇਆ ਹੈ ਪਹਿਲੀ ਵਾਰ ਦੋ ਖਿਡਾਰੀਆਂ ਦੀ ਬੋਲੀ 25 ਕਰੋੜ ਤੋਂ ਵੀ ਪਾਰ ਚਲੀ ਗਈ ਨਿਲਾਮੀ ਦੇ ਵਿੱਚ ਕੋਈ ਹੋਰ ਹੈਰਾਨੀਜਨਕ ਫੈਸਲਾ ਵੀ ਦੇਖਣ ਨੂੰ ਮਿਲੇ ਨੇ ਦਰਸਲ IPL ਚੈਂਪियंस ਕਪਤਾਨ ਡੇਵਿਡ ਵਾਰਨਰ ਅਤੇ 파ਰਤੀ ਆਲਰਾਊਂਡਰ ਸ਼ੌਰਦਲ ਠਾਕੁਰ ਨੂੰ ਕਈ ਖਰੀਦਦਾਰੀ ਨਹੀਂ ਮਿਲਿਆ ਅਤੇ ਇੰਗਲਿਸ਼ ਆਲਰਾਊਂਡਰ ਸैम ਕੁਰਾਨ ਦੀ ਕੀਮਤ ਇਸ ਵਾਰ 16.10 ਕਰੋੜ ਰੁਪਏ ਦੀ ਵਿੱਚ ਕਮੀ ਆਈ ਜਦਕਿ 13 ਸਾਲ ਦੇ ਅਨਕੈਪਡ ਬਲੇਬਾਜ਼ ਵਿਭਵ ਸੂਰੇਵੰਸ਼ੀ IPL ਦੇ ਵਿੱਚ ਕਰੋੜਪਤੀ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਨੇ ਔਰ ਉਸ ਦੀ ਹਰ ਕਿਥੇ ਵਾਵਾਈ ਹੋ ਰਹੀ ਹੈ ਹੁਣ ਤੁਸੀਂ ਪੁੱਛੋਗੇ ਕਿ ਆਖਿਰਕਾਰ ਅਨਕੈਪਡ ਕੀ ਹੁੰਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਨਿਲਾਮੀ ਦੇ ਵਿੱਚ ਅਨਕੈਪਡ ਖਿਡਾਰੀ ਵੀ ਕਰੋੜਪਤੀ ਬਣ ਗਏ ਨੇ 13 ਸਾਲ ਦਾ ਵੈਭਵ ਸੂर्यਵੰਸ਼ੀ ਦਾ ਨਾਂ ਸਭ ਤੋਂ ਹੈਰਾਨ ਕਰ ਰਿਹਾ ਹੈ ਰਾਜਸਥਾਨ ਅਤੇ ਦਿੱਲੀ ਨੇ ਉਸ ਲਈ 30 ਲੱਖ ਰੁਪਏ ਦੀ ਬੇਸ ਕੀਮਤ ਤੇ ਬੋਲੀ ਲਗਾਈ ਸੀ ਆਖਰਕਾਰ ਰਾਜਸਥਾਨ ਨੇ ਉਸ ਨੂੰ 1.10 ਕਰੋੜ ਰੁਪਏ ਦੇ ਵਿੱਚ ਖਰੀਦ ਹੀ ਲਿਆ ਇਸ ਲਈ ਉਹ ਆਈਪਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਉਮਰ ਦਾ ਕਰੋੜਪਤੀ ਬਣ ਗਿਆ। ਅਨਕੈਪਟ ਖਿਡਾਰੀ ਕੀ ਹੁੰਦਾ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਜੇਕਰ ਕਿਸੇ ਖਿਡਾਰੀ ਨੇ ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਅੰਤਰਰਾਸ਼ਟਰੀ ਮੈਚ ਦੇ ਵਿੱਚ ਹਿੱਸਾ ਨਾ ਲਿਆ ਹੋਵੇ ਜਾਂ ਫਿਰ ਬੀਸੀਸੀਆਈ ਦਾ ਕੇਂਦਰੀ ਸਮਝੌਤਾ ਉਸ ਦੇ ਨਾਲ ਨਾ ਹੋਇਆ ਹੋਵੇ। ਹੁਣ ਗੱਲ ਕਰਦੇ ਆ ਇਸ 13 ਸਾਲਾਂ ਦੇ ਲੜਕੇ ਦੀ। ਬਿਹਾਰ ਦੇ ਇਸ 13 ਸਾਲਾ ਦੇ ਵੈਭਵ ਸੂर्यਵੰਸ਼ੀ ਇੰਡੀਅਨ ਪ੍ਰੀਮੀਅਰ ਲੀਗ ਚ ਕਿਸੇ ਵੀ ਟੀਮ ਵੱਲੋਂ ਖਰੀਦੇ ਗਏ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਨੇ ਵੈਭਵ ਬਿਹਾਰ ਤੋਂ ਕਰੇਲੂ ਕ੍ਰਿਕਟਰ ਖੇਡਦੇ ਨੇ ਅਤੇ ਆਪਣੀ ਪਹਿਲੀ ਸ਼੍ਰੇਣੀ ਦੇ ਵਿੱਚ ਡੈਬਿਊ ਕਰਦੇ ਨੇ ਖਾਬੇ ਹੱਥ ਦੇ ਇਸ ਬਲੇਬਾਸ ਨੇ 2 ਮਹੀਨੇ ਪਹਿਲਾਂ ਆਸਟ੍ਰੇਲੀਆ ਅੰਡਰ 19 ਟੀਮ ਦੇ ਖਿਲਾਫ ਟੈਸਟ ਦੇ ਵਿੱਚ ਸੈਂਕੜਾ ਵੀ ਲਗਾਇਆ ਸੀ ਇਸ ਲਈ ਉਸ ਦਾ ਨਾਂ ਤੇਜ਼ੀ ਦੇ ਨਾਲ ਕਾਫੀ ਸੁਰਖੀਆਂ ਵਟੋ ਰਿਹਾ ਹੈ ਹੁਣ ਨਿਲਾਮੀ ਦੇ ਵਿੱਚ ਵੀ ਉਸ ਨੂੰ ਕਾफी ਫਾਇਦਾ ਵੇਖਣ ਨੂੰ ਮਿਲਿਆ 13 ਸਾਲ ਦੇ ਵਿਭਵ ਨੂੰ ਕਰੋੜਾਂ ਦੇ ਵਿੱਚ ਖਰੀਦਣ ਦੀ ਇਸ ਖਬਰ ਦੇ ਉੱਤੇ ਤੁਹਾਡਾ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ